मनुखता दी सेवा गुरप्रीत सिंह जंग करन पहुंच गया, मां नूं लैण चल गया ते मां नूं दसन गया कि असल पुत तेरा मैं है। अजान होण लग पई है, खैर पहले आप वीडियो देखने, पहले अजान सुन लिए, पहले वीडियो देखने फिर आप गलबात करते। ਕੀ ਤੁਹਾਨੂੰ ਇਸ ਗੱਲ ਦੀ ਸ਼ਰਮ ਹੈ ਵੀ ਤੁਸੀਂ ਆਪਣੀ ਮਾਂ ਨੂੰ ਕਿੱਦਾਂ ਕੁੱਟ ਰਹੇ ਹੋ? ਤੁਹਾਨੂੰ ਇਹਨਾਂ ਨੇ ਜੰਮਿਆ ਸੀ ਬਾਈ ਜੀ, ਇਹਨੇ ਇਹੋ ਜਿਹਾ ਕਿਹੜਾ ਗੁਨਾਹ ਕੀਤਾ ਮਾਂ ਨੇ? ਨਹੀਂ ਪਲੀਜ਼ ਸਰ, ਨਹੀਂ ਨਹੀਂ ਪਲੀਜ਼ ਨਹੀਂ ਸਰ, ਇਸ ਗੱਲ ਦੀ ਕੋਈ ਮਾਫ਼ੀ ਹੋ ਸਕਦੀ ਹੈ? ਇਸ ਗੱਲ ਦੀ ਸਰ ਮਾਫ਼ੀ ਹੋ ਸਕਦੀ ਹੈ? ਨਹੀਂ ਤੁਹਾਨੂੰ ਦੱਸੋ ਤੁਸੀਂ ਮੈਨੂੰ ਐਡਵੋਕੇਟ ਸਾਹਿਬ, ਨਹੀਂ ਇਸ ਤਰ੍ਹਾਂ ਦੀ ਸੇਵਾ ਆ ਸੇਵਾ ਹਰੀਚੰਦ ਵਰਮਾ ਜੀ ਦਾ ਯਾਰ, ਤੁਹਾਡਾ ਪੁੱਤ ਕਿੰਨਾ ਕੁੱਟ ਰਿਹਾ ਦੇਖੋ, 9 ਮਹੀਨੇ ਉਹਨੂੰ ਤੁਹਾਨੂੰ ਪੇਟ ਚ ਰੱਖਿਆ ਬਾਈ, ਕਿੰਨਾ ਦਰਦ। ਇੱਕ ਉਂਗਲ ਤੋੜਦੀ ਨਾ ਆਪਾਂ ਕਿੰਨੀ ਪੇਨ ਹੁੰਦੀ ਹੈ, 66 ਹੱਡੀਆਂ ਇੱਕੋ ਟਾਈਮ ਟੁੱਟਣ ਜਿੰਨੀ ਪੇਨ ਹੁੰਦੀ ਜਦੋਂ ਬੱਚੇ ਦਾ ਜਨਮ ਹੁੰਦਾ। ਤੁਸੀਂ ਅੱਜ ਉਹਦਾ ਕੀ ਦਿੱਤਾ, ਸਿੱਲਾ ਕੀ ਦਿੱਤਾ? ਮੈਂ ਕੀ ਪ੍ਰਸ਼ਚਿਤ ਕਰੋਗੇ? ਮੈਂ ਆਪਣੀ ਮਾਂ ਦੀ ਸੇਵਾ ਸਰ, ਤੁਹਾਨੂੰ ਲੱਗਦਾ ਮਾਂ ਤੁਹਾਡੇ ਕੋਲ ਆ ਕੇ ਰਹੂਗੀ? ਹੁਣ ਤੁਹਾਨੂੰ ਲੱਗਦਾ ਵੀ ਤੁਹਾਡੀ ਮਾਂ ਤੁਹਾਨੂੰ ਮਾਫ਼ ਕਰ ਦੂਗੀ? ਤੁਸੀਂ ਪ੍ਰੋਪਰਟੀ ਪਿੱਛੇ ਸਾਰਾ ਕੁਝ ਕਰ ਲਿਆ, ਮਾਂ ਦੀ ਕੋਠੀ ਲੈ ਲਈ, ਦੋਨੇ ਪਲਾਟ ਆਪਦੇ ਨਾਂ ਕਰਾ ਲਏ, ਜਦੋਂ ਮਾਂ ਜਿਉਂਦੀ ਬੈਠੀ ਸੀ ਤੁਹਾਨੂੰ ਮਿਲਣਾ ਸੀ, ਤੁਸੀਂ ਕਾਹਲੀ ਕਾਹਤੋਂ ਕੀਤੀ? ਕੁਛ ਨਹੀਂ ਕੀਤਾ ਹੈਗਾ, ਨਹੀਂ ਪ੍ਰੋਪਰਟੀ ਚੇਂਜ ਹੋਈਆਂ ਤੁਹਾਡੀਆਂ, ਅਸੀਂ ਪੇਪਰ ਦੇਖਿਆ ਸਾਰੇ ਕੁਛ ਇਹਨਾਂ ਦੇ ਜੀ ਮਾਤਾ ਜੀ ਸਰ। ਨਹੀਂ ਸਰ, ਤੁਸੀਂ ਇੰਨਾ ਕਾਹਤੋਂ ਮਤਲਬ ਇੰਨੇ ਲਾਲਚੀ ਕਿਵੇਂ ਹੋ ਗਏ ਤੁਸੀਂ? ਕੋਈ ਲਾਲਚੀ ਨਹੀਂ ਹੈਗੀ। ਨਹੀਂ ਐਡਵੋਕੇਟ ਸਾਹਿਬ ਬਹੁਤ ਦੁੱਖ ਲੱਗਿਆ ਅੱਜ, ਯਕੀਨ ਮੰਨੋ ਐਡਵੋਕੇਟ ਸਾਹਿਬ, ਅੱਜ ਹਰੀਚੰਦ ਵਰਮਾ ਜੀ ਦਾ ਜਿਹੜਾ ਪਰਿਵਾਰ ਆ, ਪਿੱਛੇ ਨੂੰ ਹੋ ਜਾਊਗੀ ਜੀ ਥੋੜਾ ਜਿਹਾ, ਤੇ ਕੀ ਇਹ ਹਰੀਚੰਦ ਵਰਮਾ ਜੀ ਨੂੰ ਤੁਸੀਂ ਇੱਥੇ ਅੱਜ ਫੋਟੋ ਸਥਾਪਿਤ ਕਰਕੇ ਇਹੀ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਫੁੱਲ ਭੇਟ ਕਰਦੇ ਹੋ, ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ, ਤੁਸੀਂ ਦੇਖੋ ਕਿੱਡੀਆਂ ਕਿੱਡੀਆਂ ਤਸਵੀਰਾਂ, ਕਿੱਡੇ ਕਿੱਡੇ ਮਿਨਿਸਟਰਾਂ ਵੱਲੋਂ ਤੁਹਾਨੂੰ ਮਤਲਬ ਸਨਮਾਨਿਤ ਕੀਤਾ ਜਾ ਰਿਹਾ, ਆ ਦੇਖੋ ਕਿੱਥੇ ਕਿੱਥੇ ਸਨਮਾਨਿਤ ਕੀਤਾ ਜਾ ਰਿਹਾ ਜੀ, ਰਹਿਮਤ ਹੈ ਜੀ, ਮੰਤਰੀਆਂ ਕਿੰਨੀ ਤੋਂ ਵੀ ਇਹਨਾਂ ਨੂੰ ਲਾਲਤਾ ਪਾਈ ਜਾ ਰਹੀ ਹੈ। ਕੀ ਦੇਖੋ ਮੇਰੀ ਗੱਲ ਸੁਣੋ, ਦੇਖੋ ਇੱਕ ਝੂਠ ਦਾ ਉਹ ਹੁੰਦਾ, ਤੂੰ ਹੀ ਹੈ ਨਾ ਸ਼ਾਇਦ, ਤੁਹਾਨੂੰ ਵੀ ਨੀ ਪਤਾ, ਤੁਹਾਨੂੰ ਇੱਕ ਤੁਹਾਡੇ ਬੇਟੇ ਦੀ ਕਰਤੂਤ ਦਿਖਾਉਣਾ ਮੈਂ। ਦੇਖੋ ਇਹਨੇ ਪਾਣੀ ਦਾ ਜੱਗ ਚੱਕਿਆ, ਇਹ ਚੱਕ ਕੇ ਇਹਨੇ ਆ ਬੈਡ ਦੇ ਉੱਪਰ ਡੋਲਤਾ, ਤੁਸੀਂ ਕਿੱਥੇ ਸੀ ਉਸ ਟਾਈਮ ਪਤਾ? ਇੱਕ ਮਿੰਟ ਵੇਟ ਕਰੋ, ਦੇਖੋ ਇਹਨੇ ਬੈਡ ਗਿੱਲਾ ਕਰਤਾ। ਇਸ ਤਰ੍ਹਾਂ ਦੀ ਸੋਚ ਬੱਚੇ ਦੀ ਬਣ ਗਈ, ਅੱਜ ਤੁਹਾਡੇ ਨਾਲ ਕੀ ਬਣੂ, ਤੁਹਾਡਾ ਕੀ ਕਰੂ ਪਤਾ ਹੈ, ਤੁਹਾਡੇ ਨਾਲ ਕੀ ਕਰਨਾ ਉਹਨੇ? ਆ ਦੇਖੋ ਤੁਸੀਂ, ਤੁਹਾਨੂੰ ਦੱਸ ਰਿਹਾ ਵਾਸ਼ਰੂਮ ਚ ਖੜਿਆ ਨੂੰ ਵੀ ਪਾਪਾ ਦੇਖੋ ਇੱਥੇ ਦਾਦੀ ਨੇ ਮੁੱਤਿਆ ਪਿਆ ਵਾ, ਤੁਸੀਂ ਆਏ, ਆ ਕੇ ਲਾਈਟ ਜਗਾਈ, ਹੱਥ ਲਾ ਕੇ ਦੇਖਿਆ, ਹਾਂ ਵੀ ਵਾਕਿਆ ਯਾਰ ਤਾਂ ਤੂੰ ਪਿਸ਼ਾਬ ਕਰਤਾ ਦਾਦੀ ਨੇ, ਉਸ ਵਾਰੇ ਦੀ ਮੰਮੀ ਆਉਣ ਲਿਆ। ਆ ਦੇਖੋ ਇਹ ਆਰਗੂਮੈਂਟ ਕਰ ਰਿਹਾ, ਕੀ ਕਰ ਰਿਹਾ, ਤੁਸੀਂ ਸੁਣ ਰਹੇ ਸੀ ਉਸ ਟਾਈਮ, ਤੁਹਾਨੂੰ ਪਤਾ ਆ ਗਿਆ, ਤੁਹਾਡੇ ਤੁਹਾਡੀ ਤਸਵੀਰ ਹੈ ਭੈਣ ਜੀ, ਇਹੀ ਕੱਪੜੇ ਪਾਏ ਹੋਏ ਜਿਹੜੇ ਅੱਜ ਪਾਏ ਹੋਏ ਨੇ ਤੁਹਾਡੇ, ਸੇਮ ਡਰੈਸ ਦੇ ਵਿੱਚ ਤੁਸੀਂ ਦੇਖੋ, ਹਾਂ ਦੇਖੋ ਇੱਕ ਮਿੰਟ, ਦੇਖੋ ਕੋਈ ਗੱਲ ਨੀ, ਤੁਸੀਂ ਦੇਖੋ ਮੇਰੀ ਭੈਣ ਬਣ ਕੇ, ਪਲੀਜ਼ ਦੇਖੋ ਪਿੱਛੇ ਰਹੋ ਕਾਕਾ ਥੋੜਾ ਜਿਹਾ, ਤੁਸੀਂ ਪਲੀਜ਼ ਪਿੱਛੇ ਰਹੋ, ਆ ਦੇਖੋ ਇੱਕ ਮਿੰਟ ਦੇਖੋ ਤੁਸੀਂ ਕੀ ਕਹਿ ਰਹੇ ਹੋ ਮਾਤਾ ਨੂੰ ਆਪਣੀ ਨੂੰ ਵਾਸ਼ਰੂਮ ਚ ਬੈਠਿਆ ਨੂੰ, ਉਸ ਤੋਂ ਬਾਅਦ ਹਲੋ, ਆ ਦੇਖੋ ਇੱਕ ਮਿੰਟ ਪਿੱਛੇ ਨੂੰ ਕਰ ਲਓ ਪੁੱਤ, ਪਲੀਜ਼ ਪਿੱਛੇ ਨੂੰ ਹੋ ਜਾਓ, ਆ ਦੇਖੋ ਤੁਸੀਂ ਮਾੜਾ ਜਿਹਾ ਪਿੱਛੇ ਨੂੰ ਹੋ ਜਾਓ ਵੀਰੇ, ਪਲੀਜ਼ ਪਲੀਜ਼ ਪਿੱਛੇ ਨੂੰ ਹੋ ਜਾਓ, ਤੇ ਆ ਦੇਖੋ ਆ ਤੁਸੀਂ ਲੈ ਆਏ ਅੰਦਰ ਵਾਸ਼ਰੂਮ ਚੋਂ, ਵਾਸ਼ਰੂਮ ਤੋਂ ਲਿਆ ਕੇ ਤੁਸੀਂ ਆ ਕੀਤਾ ਉਹਦੇ ਨਾਲ, ਫਿਰ ਹਾਂ ਪੁੱਤ ਇਹ ਕੀ ਹੈ ਪੁੱਤ ਤੂੰ ਦੱਸ, ਕ੍ਰਿਸ਼ ਪੁੱਤਰਾਂ ਨਾਲ ਕ੍ਰਿਸ਼ ਕ੍ਰਿਸ਼ ਕੀ ਹੈ ਪੁੱਤ, ਦਾਦੀ ਨਾਲ ਤੂੰ ਕਾਹਤੋਂ ਕੀਤਾ, ਪਾਣੀ ਡੋਲ ਕੇ ਪਾਪਾ ਤੋਂ ਕਟਾਇਆ ਕਾਹਤੋਂ ਦਾਦੀ ਨੂੰ, ਤੂੰ ਪੁੱਤ ਪਾਣੀ ਡੋਲਿਆ ਫਿਰ ਤੂੰ ਪਾਪਾ ਨੂੰ ਦੱਸਿਆ ਵੀ ਆ ਦੇਖੋ ਇਹਨੇ ਉੱਤੇ ਵਾਸ਼ਰੂਮ ਕੀਤਾ, ਫਿਰ ਪਾਪਾ ਨੇ ਉਹਨੂੰ ਕੱਢ ਕੇ ਕੁੱਟਿਆ ਇਸ ਗੱਲ ਲਈ ਵੀ ਤੂੰ ਉੱਤੇ ਵਾਸ਼ਰੂਮ ਕੀਤਾ, ਹਾਂ ਫਿਰ ਕੁੱਟਣਾ ਪੁੱਤ, ਪੁੱਤ ਤੂੰ ਪਾਪਾ ਨਾਲ ਐਂ ਕਰੇਗਾ, ਤੇਰੇ ਨਾਲ ਪਾਪਾ ਨਾਲ ਬੱਚੇ ਤੇਰੇ ਐਂ ਕਰਨਗੇ, ਕ੍ਰਿਸ਼ ਕਿਹੜੀ ਕਲਾਸ ਚ ਤੂੰ, ਪਲੱਸ ਵਨ ਚ, ਕ੍ਰਿਸ਼ ਦੀ ਪਲੀਜ਼ ਕ੍ਰਿਸ਼ ਦੀ ਵੀਡੀਓ ਨਾ ਆਵੇ ਵਿੱਚ, ਜੇ ਕੋਈ ਤੋਂ ਸ਼ਾਇਦ ਤੁਹਾਨੂੰ ਮੈਨੂੰ ਲੱਗਦਾ ਇਨਸਾਫ਼
ਬਾਹਰ ਆ ਜਾਓਗੇ ਪਰਮਾਤਮਾ ਦੀ ਕਚਹਿਰੀ ਚ ਮੂੰਹ ਦਿਖਾਉਣ ਜੋਗੇ ਹੈਗੇ ਹੋ ਕਿ ਨਹੀਂ ਬਈ ਯਾਰ ਬਹੁਤ ਦੁੱਖ ਹੋਇਆ ਅੱਜ ਐਡਵੋਕੇਟ ਸਾਹਿਬ ਸੱਚੀ ਅੱਜ ਇਸ ਸੋਸਾਇਟੀ ਦੇ ਵਿੱਚ ਜਿੱਥੇ ਤੁਹਾਡਾ ਨਾਮ ਜੇ ਕੋਈ ਪ੍ਰੈਸ ਪਛਤਾਪ ਕਰਨਾ ਨਾ ਤਾਂ ਪਲੀਜ਼ ਕਰੋ ਮਨ ਹਲਕਾ ਹੋ ਜਾਂਦਾ ਅਗਰ ਇਨਸਾਨ ਆਪਣੀ ਗੱਲ ਕੈਮਰੇ ਸਾਹਮਣੇ ਰੱਖ ਦਿੰਦਾ संविधान पिया वा देखो पूरा संविधान पिया वा इथे इथे पूरे वड्डे वड्डे मंत्रियों दे नाल फोटोआं लगियां होईआं पर की इस इंसान की पहचान कोई कर सकया उधर चलो बार इधर हो जाओ चलो बार चलो भी जी चलो भी जी आ जाओ बार चलो हम अस लाइव नू खत्म कर दें जी इतने इस टाइम पुलिस एस एच ओ साहब उन्होंने मान लो लेके जा रहे ने थाने मैंने अंदर उधर नहीं किया बिल्कुल टेंशन ना लो तुम ठीक है जी अभी वीडियो समाप्त कर रहे हैं क्योंकि अगली कार्रवाई वाहेगुरु करेंगे सच्चे पातशाह अगली कार्रवाई ओ राम ओ अल्लाह ओ वाहेगुरु ओ भगवान करेंगे जी अज इत्थे हुई है ये माफी नहीं हो सकती इहदा सजा जी इंसान भी नहीं तय कर सकते किसी कोर्ट च तय नहीं हो सकती कोई कचहरी तय नहीं हो सकती सिर्फ एक जी अज इन सोशल मीडिया से एक मैसेज मांग लियो इस वीडियो नू शेयर करियो कोई होर मां बच सके दरिंदे पुत तो मावां को मावां नहीं हुंदियां पुत के पुत हो जांदे अज एक धी ने अपना फर्ज निभाया पर वो रखड़ी नू रोंदी सी भी मेरा भरा जेल चले जाऊगा इस गल तो भी वो डरदी सी भी मेरे भरा नू जेल जाना पऊगा शर्म आनी चाहिए साडे समाज जिहड़े मुख दर्शन बन के सिर्फ देखते ਵਾਹਿਗੁਰੂ ਜੀ ਕਾ ਖਾਲਸਾ ਬਾਈ ਬਹੁਤ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਜਿੰਨਾ ਨੂੰ ਤੁਸੀਂ ਸਾਥ ਦਿੱਤਾ ਪੰਜ ਸਾਹਿਬ ਸਾਰਿਆਂ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀਰੇ ਇੱਕ ਮਿੰਟ ਕਰਦੇ ਹਾਂ ਗੱਲ ਲਾਈਕ ਕਰਦੇ ਹਾਂ ਇੱਕ ਸ਼ੁਕਲਾ ਬਾਈ ਜੀ ਦਾ ਧੰਨਵਾਦ ਸਵੇਰ ਦੇ ਸਾਡੇ ਨਾਲ ਨੇ ਸਰਪੰਚ ਸਾਹਿਬ ਹੁਣੀ ਵੀਰੇ ਹੁਣੀ ਸਰਬੱਤ ਆਪਣੇ ਸਰਬੱਤ ਦਾ ਭਲਾ ਕੁਦਰਤ ਦੇ ਸਭ ਬੰਦੇ ਐਸੋਸੀਏਸ਼ਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਜੀ ਓ ਸਰਦਾਰਾ ਹਾਏ 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 ਮੇਰਾ ਮੁਸਲਮਾਨ ਦਾ ਦੋਵੇਂ ਹੱਥਾਂ ਨਾਲ ਤੈਨੂੰ ਸਲਾਮ ਹੈ ਗੁਰੂ ਕਾ ਸਿੱਖ ਇਹਨੂੰ ਕਹਿੰਦੇ ਗੁਰੂ ਕਾ ਸਿੱਖ मैसेज बड़ा वड्डा दिता जो मैं अपनी मुसलमानी की नज़र में जो मैं समझी गल बड़े ध्यान देना सुनो तुसी भी इदा ही मरोगे इस मुसलमान की गल नूं याद रखो इदा ही जलील इस तरह ही हर घर च इदा ही होएगा अपना दुश्मन पहचानो अज मैं मैसेज बड़ा वड्डा मकान आपां देखण दे सी उहदा किताबां है दुनिया की कि चीज़ इस वकील दे कोल नहीं है दसो मैनूं जरा हर एक चीज है दुनिया की हर एक चीज है तो की करना उस चीज में एक कामयाबी है भी तुसी मैं दसो एक ही बंदा कामयाब हो गया नकाम हाय 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 सिख सरदार नु मेरा सलाम है मैसेज देखो जंग लड़न गया जरा जंग भी अपने वास्ते नहीं इंसानियत वास्ते इस करके कहते दुनिया की सब तो वड्डी सेवा इंसानियत की सेवा यह कामयाबी है फिर इंसानियत भी नहीं मावां मां लैन गया अपनी मां लैन गया पर मां नहीं सी पता कि मैं जो कुछ ये वास्ते किया मेरा नहीं जेड़ा मेरा नहीं बन सकिया किसी का नहीं बन सकिया उन्होंने हाइया भी एहसास नहीं आप वीडियो देखने हाइया भी एहसास नहीं जी सिख सरदार उन्हूं पता था गुरप्रीत सिंह कि मैनू एक मरला नहीं देना तो ना मैं लैना देखो मैसेज देखो जंग करन चल गया मां नूं लैन चल गया मां नूं लै के आया फिर भी उन्हूं समझाउंदे आ कि तुसीं मां ना कीता की है तुहाडी मां नहीं हुण मेरी मां है हाय 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 मां खुश है हुण मां नूं जिन्हें माँ ने उन्होंने सब कुछ हर चीज़ दिती उन्होंने एडा वड्डा कि दुनिया की हर शायद दिती जमीन जायदाद हर चीज़ दिती वो अपनी माँ का नहीं बनया तो जेड़ा
ਆਏ ਹਾਏ 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 ਹੁਣ ਮਾਂ ਖੁਸ਼ ਹੈ ਮੈਂ ਵੀਡੀਓ ਦੇਖਣ ਦਿਆ ਸੀ ਹੁਣ ਮਾਂ ਖੁਸ਼ ਹੈ ਤੇ ਮਾਂ ਜਿਹੜੀ ਹੁੰਦੀ ਨਾ ਮਾਂ ਨੂੰ ਪਤਾ ਨਹੀਂ ਚੱਲਿਆ ਕਿ ਮੇਰਾ ਮੁੰਡਾ ਕਿਹੜਾ ਵੈ ਇਹ ਮੁੰਡਾ ਵੈ ਜਾਂ ਇਹ ਮੁੰਡਾ ਵੈ ਉਹ ਹਜੇ ਵੀ ਮੈਂ ਇੱਕ ਵੀਡੀਓ ਦੇਖਣ ਦਿਆ ਹਜੇ ਵੀ ਖੌਫ ਉਹਨੂੰ ਇੰਨਾ ਕਿ ਮੈਨੂੰ ਜੇ ਪਿਸ਼ਾਬ ਕਰਨ ਤੋਂ ਮਾਰੇਗਾ ਤਾਂ ਨਹੀਂ ਆਪਣਾ ਵਾਸ਼ਰੂਮ ਕਰਨ ਤੋਂ ਆਏ ਹਾਏ 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 ਯਾਰ ਪੂਰੀ ਦੁਨੀਆ ਮਿਲ ਕੇ ਵੀ ਇਸ ਇਕੱਲੇ ਬੰਦੇ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਹੜਾ ਗੁਰਪ੍ਰੀਤ ਸਿੰਘ ਦਾ ਜਿੱਡੀ ਵੱਡੀ ਸੇਵਾ ਕਰਨ ਦਿਆ ਇਸ ਕਰਕੇ ਜੰਗ ਲੜੋ ਅੱਜ ਸਾਰੇ ਜਾਣੇ ਮੈਂ ਮੁਸਲਮਾਨ ਮੈਂ ਸਪੋਰਟ ਕਰਨਾ ਵੀ ਗੁਰਪ੍ਰੀਤ ਸਿੰਘ ਜੀ ਦੀ ਜੰਗ ਲੜੋ ਆਪਣਾ ਦੁਸ਼ਮਣ ਪੇਸ਼ਾ ਨੂੰ ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ ਕਿ ਦੁਸ਼ਮਣ ਕੌਣ ਹੈ ਮੈਂ ਮੁਸਲਮਾਨ ਦੱਸਾਂਗਾ ਅਸਲ ਦੁਸ਼ਮਣ ਕੌਣ ਹੈ ਉਹਨੂੰ ਫੜੋ ਉਹ ਕਿਹੜਾ ਵੈ ਬਰਾਬਰੀ ਦੇ ਨਾਂ ਦੇ ਉੱਤੇ ਧੋਖਾ ਬਰਾਬਰੀ ਦੇ ਨਾਂ 'ਤੇ ਫਰਾਡ ਸਾਡਾ ਮੁਸਲਮਾਨ ਦਾ ਇਹਨਾਂ ਦੇ ਖਿਲਾਫ ਜਿਹਾਦ ਹੈ ਇਹਨੂੰ ਸਮਝੋ ਦੀਪ ਸਿੱਧੂ ਦੀ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਦੀਪ ਸਿੱਧੂ ਨੇ ਗੱਲ ਕਹੀ ਸੀ ਕਿ ਸਾਡੀ ਜਿਹੜੀ ਜੰਗ ਆ ਨਾ ਉਹ ਦਿੱਲੀ ਤੋਂ ਉੱਤੇ ਉੱਠ ਚੁੱਕੀ ਹੈ ਉਹਨੇ ਕਿਉਂ ਕਿਹਾ ਦਿੱਲੀ ਤੁਸੀਂ ਮੈਨੂੰ ਦੱਸੋ ਦਿੱਲੀ ਤੋਂ ਉੱਤੇ ਕੌਣ ਹੈ ਹੋਰ ਉਹਨੇ ਗੱਲ ਕਹੀ ਸੀ ਕਿ ਸਾਡੀ ਜਿਹੜੀ ਹੁਣ ਜੰਗ ਆ ਨਾ ਉਹ ਦਿੱਲੀ ਤੋਂ ਉੱਪਰ ਉੱਠ ਚੁੱਕੀ ਹੈ ਦੱਸੋ ਕਿਹਦੇ ਨਾਲ ਜੰਗ ਹੈ ਆਪਣਾ ਦੁਸ਼ਮਣ ਪੇਸ਼ਾ ਨੂੰ ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ ਚਾਹੋ ਮੈਂ ਤੁਹਾਡੇ ਕੋਲ ਪੁੱਛਣਾ ਕਮੈਂਟ ਬਾਕਸ ਵਿੱਚ ਦੱਸੋ ਅਸਲ ਦੁਸ਼ਮਣ ਕਿਹੜਾ ਹੈ ਨਹੀਂ ਪਹਿਚਾਣੋਗੇ ਨਾ ਹਰ ਘਰ ਦੇ ਵਿੱਚ ਇੱਦਾਂ ਹੀ ਜ਼ਲੀਲ ਹੋਵਾਂਗੇ ਅਸੀਂ ਇਸ ਗੱਲ ਨੂੰ ਯਾਦ ਰੱਖੋ ਹਰ ਬੰਦਾ ਜ਼ਲੀਲ ਹੋਏਗਾ ਹਾਂਜੀ ਬਾਕੀ ਅਹਿਸਾਸ ਹੀ ਕੋਈ ਨਹੀਂ ਯਾਰ ਐਸਾ ਜ਼ਾਲਮ ਉਹ ਜ਼ਾਲਮਾ ਇਹਨੂੰ ਸਾਰੇ ਜ਼ਾਲਮ ਕਹੋ ਉਹ ਜ਼ਾਲਮਾ ਉਹ ਲਾਂਤੀਆ ਐਸਾ ਲਾਂਤੀ ਬੰਦਾ ਵੀਡੀਓ ਦਿਖਾਉਣ ਦਿਆ ਜਿਹਦਾ ਨਾਂ ਗੁਰਪ੍ਰੀਤ ਸਿੰਘ ਲੇਕਿਨ ਉਹਨੂੰ ਅਹਿਸਾਸ ਹੀ ਕੋਈ ਨਹੀਂ ਇਹਦਾ ਨਕਾਮੀ ਬਿਲਕੁਲ ਹੀ ਨਕਾਮੀ ਹੁਣ ਮਾਂ ਆਪਣੇ ਅਸਲ ਮੁੰਡੇ ਕੋਲ ਹੈ ਇਹ ਦੇਖ ਲਵੋ ਕਿ ਵੀ ਅਸਲ ਮੁੰਡਾ ਕਿਹੜਾ ਵੈ ਜ਼ਾਲਮ ਕੌਣ ਹੈ ਤੇ ਮਜ਼ਲੂਮ ਇਹ ਤੁਸੀਂ ਅੱਜ ਆਪ ਦੇਖ ਲਓ ਆਪਣਾ ਅਸਲ ਦੁਸ਼ਮਣ ਪਛਾਣੋ ਅਸਲ ਦੁਸ਼ਮਣ ਕੌਣ ਹੈ ਨਹੀਂ ਤੇ ਇਸੇ ਤਰ੍ਹਾਂ ਹੀ ਕੁੱਟ ਖਾਓਗੇ ਬਲਕਿ ਇਹਨੇ ਘਰਾਂ 'ਚ ਖਾਧੀ ਨਾ ਬਾਹਰ ਚੌਂਕਾਂ 'ਚ ਕੁੱਟ ਖਾਓਗੇ ਇਹ ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ ਹਾਂਜੀ ਬਸ ਬਾਕੀ ਮੇਰਾ ਸਲਾਮ ਹੈ ਯਾਰ ਇਹਦੀ ਸੋਚ ਨੂੰ ਇਹਦੀ ਜ਼ਰੂਰਤ ਨੂੰ ਮੈਂ ਤੇ ਮੁਸਲਮਾਨ ਮੈਂ ਸਪੋਰਟ ਕਰਦਾ ਮੈਂ ਕਿ ਜੰਗ ਲੜਨ ਗਿਆ ਮਾਂ ਵਾਸਤੇ ਹੈਂ ਅਤੇ ਮਾਂ ਨੂੰ ਨਹੀਂ ਪਤਾ ਚੱਲਿਆ ਕਿ ਮੇਰਾ ਅਸਲ ਮੁੰਡਾ ਕੌਣ ਹੈ ਮਾਂ ਨੇ ਕਿਹੜੀ ਤਕਲੀਫ ਨਹੀਂ ਦਿੱਤੀ ਇਹਨੂੰ ਸਿੱਧਾ ਆਪਣੇ ਹੱਥ ਦੇ ਉੱਤੇ ਰੱਖਦਾ ਮਾਂ ਦਾ ਪੈਰ ਥਰੇ ਨਾ ਲੱਗਣ ਦਿੰਦਾ ਲੇਕਿਨ ਮਾਂ ਦਾ ਫਿਰ ਵੀ ਇੱਕ ਰਾਤ ਦਾ ਦੇਣਾ ਨਹੀਂ ਦੇ ਸਕਦਾ ਅਤੇ ਉਲਟਾ ਉਹਨੂੰ ਫਿਰ ਮਾਰਨ ਦਿਆ ਉਹਨੂੰ ਕੁੱਟਣ ਦਿਆ ਉਹ ਜ਼ੁਲਮ ਦੇ ਵੀ ਇੰਤਿਹਾ ਆਏ ਹਾਏ 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 ਜਿਹੜਾ ਆਪਣੀ ਮਾਂ ਦਾ ਨਹੀਂ ਉਹ ਕਿਸੇ ਦਾ ਨਹੀਂ ਜ਼ੁਲਮ ਅਤੇ ਜ਼ੁਲਮ ਉਸ ਮਾਲਕ ਨੂੰ ਬਰਦਾਸ਼ਤ ਨਹੀਂ ਇਸ ਕਰਕੇ ਬਰਾਬਰੀ ਰੱਖਣਾ ਵੀ ਜ਼ੁਲਮ ਹੈ ਇਹ ਜ਼ੁਲਮ ਮਾਂ ਮਾਂ ਹੈ ਜਨਾਨੀ ਜਨਾਨੀ ਹੈ ਹੈਂ ਇੱਦਾਂ ਦੇ ਬੰਦੇ ਜਿਹੜੇ ਹੁੰਦੇ ਨਾ ਛੱਡੋ ਯਾਰ ਫਿਰ ਸਹੀ ਬਸ ਬਾਕੀ ਜੋ ਮੈਂ ਆਪਣੀ ਮੁਸਲਮਾਨੀ ਦੀ ਨਜ਼ਰ ਵਿੱਚ ਜੋ ਮੈਂ ਸਮਝਣਾ ਸੀ ਉਹ ਤੁਹਾਨੂੰ ਦੱਸਦਾ ਜ਼ੁਲਮ ਅਗਲਾ ਜਿਹੜਾ ਆਪਣਾ ਦੁਸ਼ਮਣ ਦੱਸੋ ਦੁਸ਼ਮਣ ਕੌਣ ਹੈ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ